ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਪਿਛਲੇ ਹਫਤੇ ਇੱਕ ਪਰਬ ਮਨਾਇਆ ਜਾਂਦਾ ਹੈ ਉਹਦੇ ਬਾਰੇ ਕੁਝ ਵਿਚਾਰ ਕੀਤੀ ਸੀ ਉਸ ਵਿਚਾਰ ਨੂੰ ਅੱਗੇ ਤੋਰਾਂਗੇ ਕੁਝ ਨਮੀਆਂ ਜੋ ਉਹਦੇ ਵਿੱਚੋਂ ਹੋਰ ਪ੍ਰਾਪਤੀਆਂ ਹੋਈਆਂ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੇ ਕੁਝ ਹੋਰ ਜੋ ਉਹਦੇ ਰਿਲੇਟਿਡ ਆਪਣੇ ਕੋਲ ਵਰਡਸ ਹੈ ਜੋ ਬਿਲਕੁਲ ਉਹਦੇ ਨਾਲ ਮੇਲ ਖਾਂਦੇ ਕੁਝ ਹੋਰ ਕਨਸੈਪਟ ਹੈ ਉਹਨਾਂ ਬਾਰੇ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਗੁਰਮਤ ਨੇ ਆਪਾਂ ਨੂੰ ਸੂਝ ਬਖਸ਼ੀ ਹੈ ਉਹਨਾਂ ਆਪਾਂ ਪਹਿਲਾਂ ਨਾਲੋਂ ਗੱਲ ਨੂੰ ਥੋੜਾ ਜਿਹਾ ਹੋਰ ਨੇੜੇ ਲੈ ਜਾਵਾਂਗੇ ਉਹ ਪਿਛਲੇ ਹਫ਼ਤੇ ਇੱਕ ਬੰਦੀ ਛੋੜ ਦੀਵਸ ਮਨਾਇਆ ਜਾਂਦਾ ਜਿਹਦਾ ਪਹਿਲਾ ਨਾਂ ਬੰਦੀ ਛੋੜਨੀ ਸੀ ਦੀਵਾਲੀ ਕਿਹਾ ਜਾਂਦਾ ਸੀ ਪਰ ਇਹ ਦੱਸਿਆ ਗਿਆ ਵੀ 2003 ਵਿੱਚ ਇਹ ਨਾਂ ਬਦਲਿਆ ਗਿਆ ਪਰ ਨਾਂ ਬਦਲਣ ਤੋਂ ਪਹਿਲਾਂ ਗੁਰਮਤਿ ਵਿੱਚੋਂ ਨਹੀਂ ਲੱਭਿਆ ਗਿਆ ਜਿਹਨੂੰ ਕਹਿੰਦੇ ਸਤਗੁਰੂ ਪੂਛਨਾ ਮਾਰਗ ਚਾਲੀ ਨਾਨਕ ਬਾਦਲਤਨ ਰੰਡੇਪਾ ਸੋ ਇਹ ਇਨਿਕ ਆਪਾਂ ਨੂੰ ਸੂਝ ਹੈ ਕਿ ਬੰਦੀ ਛੋੜ ਇੱਕ ਐਡਜੈਕਟਿਵ ਹੈ ਇੱਕ ਵਿਸ਼ੇਸ਼ਣ ਹੈ ਤੇ ਸਤਗੁਰ ਦਾ ਵਿਸ਼ੇਸ਼ਣ ਹੈ ਸਤਗੁਰ ਜੋ ਹੈ ਉਹ ਸਾਡਾ ਮੂਲ ਹੁੰਦਾ ਜਾਂ ਫਿਰ ਸਤਗੁਰ ਪੂਰਨ ਬ੍ਰह्म ਹੁੰਦਾ ਉਹ ਪੂਰਨ ਬ੍ਰह्म ਸਾਨੂੰ ਸਿਰਫ ਗਿਆਨ ਬਖਸ਼ ਕਰ ਸਕਦਾ ਹੈ ਗਿਆਨ ਦੀ ਬਖਸ਼ਿਸ਼ ਨਾਲ ਅਸੀਂ ਫਿਰ ਉਸ ਗਿਆਨ ਨੂੰ ਮੰਨ ਕੇ ਆਪ ਬੰਦੀ ਛੋੜ ਬਣਨਾ ਹੁੰਦਾ ਹੈ ਕਿਸੇ ਦੁਨਿਆਵੀ ਜੇਲ੍ਹ ਵਿੱਚ ਕਿਸੇ ਨੂੰ ਪਾ ਦੇਣਾ ਜਾਂ ਜਿਹੜੇ ਸੰਸਾਰ ਦਾ ਨਾਮ ਹੈ ਵੀ ਕੋਈ ਇੱਥੇ ਵੀ ਬਣੀਆਂ ਹੋਈਆਂ ਬੰਦੀਖਾਨੇ ਉਹਨਾਂ ਦੇ ਨਾਲ ਇਹ ਗੱਲ ਦਾ ਮੇਲ ਨਹੀਂ ਹੈ ਗੁਰਬਾਣੀ 'ਚ ਗੈਬ ਹੋੜ ਲਿਖਿਆ ਹੋਇਆ ਜਿਹੜੀ ਸਾਡੀ ਸੁਰਤ ਹੈ ਉਹ ਆਵਕਰਤ ਚ ਚਲੀ ਜਾਂਦੀ ਹੈ ਉਹ ਜ਼ਰੂਰੀ ਵੀ ਹੈ ਕਿਉਂਕਿ ਸਰੀਰ ਦਾ ਜੋ ਚਲਾਉਣ ਦਾ ਕੰਮ ਹੈ ਉਹ ਆਵਕਰਤ ਤੋਂ ਹੀ ਚੱਲਦਾ ਹੈ ਪਰ ਉਹ ਸੁਰਤ ਨੂੰ ਜਿਵੇਂ ਲਿਖਿਆ ਨਾ ਆ ਮੁਰਗਾ ਹੀ ਨੈਸਾਣੇ ਸੁਰਤ ਜਿਹੜੀ ਹੈ ਉਹ ਸਿਰਫ ਉਸੇ ਕੰਮ ਵਾਸਤੇ ਜਾਣੀ ਚਾਹੀਦੀ ਹੈ ਲੋੜ ਵਾਸਤੇ ਜਾਣੀ ਚਾਹੀਦੀ ਹੈ ਫੇਰ ਉਹ ਅਸਲੀ ਜਿਹੜਾ ਉਹ ਕੰਮ ਹੈ ਉਹ ਸ਼ਬਦ ਵਿਚਾਰ ਹੈ ਮਨ ਨੂੰ ਸਮਝਾਉਣਾ ਹੈ ਸੋ ਉਹ ਕੰਮ ਕਰਨਾ ਚਾਹੀਦਾ ਸੁਰਤ ਨੂੰ ਤੇ ਉਹਨੂੰ ਹੀ ਗਈ ਬਹੋੜ ਕੇ ਆ ਬਹੋੜ ਹੁੰਦਾ ਹੈ ਵਾਪਸ ਆ ਜਾਣਾ ਆਪਾਂ ਆਮ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਆ ਕਿ ਉਹ ਬੌੜਿਆ ਨਹੀਂ ਜਾਂ ਆਇਆ ਨਹੀਂ ਸੋ ਸੁਰਤ ਅਫਕੜ ਤੋਂ ਘਟ ਚਲੀ ਆਉਣਾ ਜਿਹੜਾ ਹੈ ਇਹ ਅਵਸਥਾ ਹੀ ਬੰਦੀ ਛੋੜ ਅਵਸਥਾ ਹੈ ਫਿਰ ਉਹ ਸੁਰਤ ਹਮੇਸ਼ਾ ਫਿਰ ਅਫਕੜ ਤੋਂ ਘਟ ਚ ਨਹੀਂ ਜਾਂਦੀ ਬਲਕਿ ਅਫਕੜ ਤੋਂ ਘਾਟ ਤੇ ਚਲੀ ਜਾਂਦੀ ਹੈ ਇਹ ਆਪਾਂ ਪਿੱਛੇ ਵੀ ਕੀਤਾ ਹੈ ਉਹ ਇਹ ਬੰਦੀ ਛੋੜ ਜੋ ਵਿਸ਼ੇਸ਼ਣ ਹੈ ਉਹਦੇ ਕੁਝ ਆਪਾਂ ਗੁਣ ਜਿਹੜੇ ਆ ਉਹ ਵਿਚਾਰੇ ਨੇ ਇਸ ਤਰ੍ਹਾਂ ਇੱਕ ਹੋਰ ਸ਼ਬਦ ਹੈ ਬੰਦੀ ਮੋਚ ਮੁਹੱਬਤੇ ਮਨਿਤਨੀ ਬਸੈ ਸੱਚ ਸਾ ਬੰਦੀ ਮੋਚ ਤਿਲੰਗ ਮਹੱਲਾ ਪੰਜਵਾਂ ਮੁਹੱਬਤ ਆਪਾਂ ਸਮਝਦੇ ਹਾਂ ਪ੍ਰੇਮ ਨੂੰ ਮੁਹੱਬਤ ਕਿਹਾ ਜਾਂਦਾ ਪਰ ਇਹ ਸਰੀਰਾਂ ਵਿੱਚ ਨਹੀਂ ਹੁੰਦੀ ਜਿਹੜੀ ਗੁਰਮਤਿ ਦੀ ਬ੍ਰਹਮ ਵਿਚਾਰ ਦੀ ਮੁਹੱਬਤ ਹੈ ਉਹ ਮਨ ਔਰ ਉਹਦੇ ਮੂਲ ਦੇ ਵਿੱਚ ਮੁਹੱਬਤ ਹੈ ਮਨ ਵਿੱਚ ਮੁਹੱਬਤ ਪੈਦਾ ਹੋਣੀ ਚਾਹੀਦੀ ਹੈ ਜਦੋਂ ਆਪਾਂ ਕੋਈ ਵੀ ਵੇਦ ਪੜਾਂਗੇ ਵੇਦ ਸਾਨੂੰ ਮਨ ਬਾਰੇ ਜਾਣਕਾਰੀ ਦਿੰਦਾ ਤੇ ਉਹ ਜਿਹੜਾ ਮਨ ਹੈ ਉਹ ਫਿਰ ਆਵਕੜ ਛੱਡ ਕੇ ਘਟਚ ਆ ਜਾਂਦਾ ਮਨ ਹੀ ਮਨ ਆਪਣੇ ਵਿੱਚ ਆਪਣੇ ਪਿੱਛੇ ਦੇਖ ਲੈਂਦਾ ਵੀ ਮੇਰੇ ਪਿੱਛੇ ਮੇਰਾ ਮੂਲ ਖੜਾ ਉਹ ਫਿਰ ਹਿਰਦੇ 'ਚ ਆ ਕੇ ਬਸ ਜਾਂਦਾ ਬਸ ਹੈ ਲਗਾਤਾਰ ਜੇ ਬਸਿਆ ਰਹੇ ਤਾਂ ਇਹ ਇੱਕ ਭਗਤਾਂ ਨੇ ਮੰਨਿਆ ਇਸ ਨੂੰ ਅਵਸਥਾ ਤੇ ਉਹ ਜੇ ਬਸਿਆ ਰਹੇ ਫਿਰ ਉਹ ਘਟ ਤੋਂ ਘਾਟ ਚ ਚਲੇ ਜਾਂਦਾ ਘਾਟ ਜੱਗੇ ਬੰਦੀ ਮੋਚ ਵਾਲੀ ਅਵਸਥਾ ਧਾਰਨ ਕਰ ਲੈਂਦਾ ਇਸ ਅਵਸਥਾ ਦੇ ਹੋਰ ਨਾਮ ਵੀ ਹੈ ਅਸਲ ਵਿੱਚ ਖਾਲਸਾ ਜਿਹੜੀ ਅਵਸਥਾ ਹੈਗੀ ਹੈ ਉਹ ਵੀ ਬੰਦੀ ਮੋਚ ਦੀ ਹੋਈ ਹੈ ਕਿਉਂਕਿ ਉਹ ਸੱਚ ਸਾਹ ਜਿਹੜਾ ਹੈਗਾ ਸੱਚ ਸਾਹ ਆਪਾਂ ਕਹਿੰਦੇ ਆ ਇਹ ਸਾਹ ਜੋ ਹੈ ਇਹ ਸਾਹ ਲੈਣ ਦੀ ਸੈਂਸ ਚ ਨਹੀਂ ਹੈ ਕਿਉਂਕਿ ਦੋਹੇ ਸੈਂਸਸ ਚ ਵਰਡ ਆ ਜਾਂਦਾ ਇੱਥੇ ਜਿਹੜਾ ਸਾਹ ਹੈਗਾ ਇਹ ਸੁਲਤਾਨ ਲਈ ਆਇਆ ਬਾਦਸ਼ਾਹ ਲਈ ਆਇਆ ਸੋ ਸੱਚੇ ਅਸਲ ਚ ਸਾਹ ਉਹੀ ਅਸਲੀ ਰਾਜਾ ਹੈਗਾ ਹੁਕਮ ਉਹਦਾ ਹੀ ਚੱਲਦਾ ਉਹਨੂੰ ਵੀ ਬੰਦੀ ਮੋਚ ਕਹਿੰਦੇ ਆ ਗੁਰਮਤ ਵਿੱਚ ਇਹਦਾ ਹੋਰ ਆਪਾਂ ਨੂੰ ਪ੍ਰਮਾਣ ਵੀ ਪੰਚਮ ਬਾਸ਼ਾ ਨੇ ਦਿੱਤਾ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਹੁਣ ਇਹ ਚੁੰਮਦਾ ਆਪਣੀ ਚ ਲਿਖਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਇਹ ਉਹੀ ਨੇਮ ਹੈ ਕਿ ਹੁਣ ਨਾਮ ਜੋ ਹੈ ਉਹ ਪ੍ਰਭ ਨੇ ਦੇਣਾ ਹੈਗਾ ਜੋ ਪੂਰਨ ਬ੍ਰਹਮ ਦਾ ਪ੍ਰਭ ਹੈ ਬ੍ਰਹਮ ਦਾ ਬ੍ਰਹਮਾ ਦਾ ਪ੍ਰਭ ਬ੍ਰਹਮ ਪੂਰਨ ਬ੍ਰਹਮ ਦਾ ਪ੍ਰਭ ਅੱਗੇ ਭਾਰ ਬ੍ਰਹਮ ਹੈ ਉਹਨੂੰ ਇਹ ਮੇਰੇ ਸਾਹਿਬ ਕਿਹਾ ਹੈ ਉਦੋਂ ਹੀ ਰੱਖਿਆ ਮੰਗੀ ਜਾਂਦੀ ਹੈ ਜਰੋਂ ਜਨਮ ਬਦਾਰਤ ਮਿਲ ਜਾਂਦਾ ਹੈ ਫਿਰ ਜਨਮ ਮਰਨ ਤੋਂ ਛੁਟਕਾਰਾ ਮਿਲਦਾ ਹੈ ਸੋ ਇਹ ਆਪਾਂ ਤਿੰਨ ਕਨਸੈਪਟ ਜੋ ਬੰਦੀ ਕੀ ਹੈ ਫਿਰ ਅਫਕਟ ਕੀ ਹੁੰਦਾ ਹੈ ਅਫਕਟ ਤੋਂ ਘਟ ਚ ਆ ਕੇ ਬੰਦੀ ਮੋਚ ਹੋ ਜਾਂਦਾ ਤੇ ਘਾਟ ਤੋਂ ਅੱਗੇ ਜਾ ਕੇ ਬੰਦੀ ਛੋੜ ਹੋ ਜਾਂਦਾ ਬੰਦੀ ਛੋੜ ਨਹੀਂ ਅੱਗੇ ਬੰਦੀ ਮੋਚ ਹੁੰਣਾ ਸੋ ਇਹਦਾ ਹੀ ਆਪਾਂ ਹੋਰ ਖੁਲਾਸਾ ਕਰਾਂਗੇ ਹਾਂ ਗੁਰਬਾਣੀ ਵਿੱਚ ਇਹ ਵੀ ਆਪਾਂ ਨੂੰ ਬੰਦੀਖਾਨਾ ਸ਼ਬਦ ਵੀ ਮਿਲਦਾ ਨਾ ਸਬੂਰ ਹੋਵੇ ਫਿਰ ਮੰਗਾਏ ਨਾਰਦ ਕਰੇ ਖੁਆਰੀ ਲਬ ਅੰਧੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਤਾਂ ਇਹ ਵੀ ਨਾਮ ਉਹੀ ਹੈ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਹ ਜਿਹੜਾ ਸਤ ਸੰਤੋਖ ਹੈ ਵਿਚਾਰ ਨਾਲ ਪੈਦਾ ਹੁੰਦਾ ਹੈ। ਇਹਦੀ ਹੀ ਵਿਚਾਰ ਦੱਸੀ ਹੋਈ ਹੈ ਕਿ ਕਿਸ ਤਰ੍ਹਾਂ ਸਤ ਸੰਤੋਖ ਦੀ ਅਵਸਥਾ ਲੈਣੀ ਹੈ। ਜੇ ਉਹਦੇ ਜੇ ਜੀਵ ਕੋਲੇ ਅਵਸਥਾ ਨਹੀਂ ਆਉਂਦੀ ਨਾ ਸਾਬੂਰ ਹੋਵੇ ਜੇ ਸੰਤੋਖੀ ਨਹੀਂ ਹੋਇਆ ਤਾਂ ਇਹ ਮੰਗਦਾ ਹੀ ਰਹਿੰਦਾ। ਇਹਨੂੰ ਇਹ ਨਹੀਂ ਸਮਝ ਆਉਂਦੀ ਕਿ ਜੋ ਇਹਨੂੰ ਲੋੜ ਹੈ ਉਹ ਇਹਨੂੰ ਦਿੱਤੀ ਹੋਈ ਹੈ। ਪਰ ਇਹ ਲੋੜ ਤੋਂ ਅੱਗੇ ਭੁੱਖ ਵੱਲ ਵੱਧ ਜਾਂਦਾ ਹੈ। ਫਿਰ ਹੋਰ ਮੰਗੀ ਜਾਂਦਾ ਇੱਥੇ ਤੱਕ ਵੀ ਲਿਖਿਆ ਕਿ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਸੋ ਖੋਟ ਸ਼ਬਦ 네ਗੇਟਿਵ ਹੈ ਵੈਸੀ ਖੋਟੇ ਬਾਹਰ ਸਿਟੇ ਜਾਂਦੇ ਜਿਹੜਾ ਵਿਖੋਟ ਹੈ ਇਹ ਵੀ ਗੁਰਬਾਣੀ ਦੀ ਖਾਸੀਅਤ ਹੈ ਵੀ ਦੋ 네ਗੇਟਿਵ ਲਾ ਕੇ ਉਹਨੂੰ ਪੋਜ਼ਿਟਿਵ ਬਣਾ ਲਿਆ ਭਰੋਸਾ ਖੋਟ ਬੇਭਰੋਸੀ ਦੀ ਗੱਲ ਹੈ ਭਰੋਸਾ ਗੁਆਈ ਜਾਂਦਾ ਹੈ ਸੋ ਇਹ ਮੰਗਣ ਦੀ ਲੋੜ ਨਹੀਂ ਹੁੰਦੀ ਜੀਵ ਨੂੰ ਪਹਿਲਾਂ ਹੀ ਜੋ ਮਿਲਿਆ ਉਹਦਾ ਹੀ ਧੰਨਵਾਦ ਨਹੀਂ ਇਤੋਂ ਇਹਦਾ ਹੀ ਨੂੰ ਸਿਫਤ ਕਰਨੀ ਚਾਹੀਦੀ ਹੈ ਜੇ ਉਹ ਸਿਫਤੇ ਨਹੀਂ ਕਰਦਾ ਹੋਰ ਮੰਗਦਾ ਫਿਰ ਇਹ ਅਗਿਆਨੀ ਹੈ ਤੇ ਹੋ ਕੀ ਰਿਹਾ ਹੈ ਨਾਰਦ ਕਰੇ ਖੁਆਰੀ ਹੁਣ ਇਥੇ ਕਰੇ ਸ਼ਬਦ ਆਇਆ ਤੇ ਨਾਰਦ ਹੁਣ ਬਹੁਤ ਬਾਰ ਸਾਨੂੰ ਇਹ ਭੁਲੇਖਾ ਪੈਣ ਲੱਗ ਜਾਈਗਾ ਕਿ ਨਾਰਦ ਸ਼ਬਦ ਤਾਂ ਕਿਸੇ ਹੋਰ ਗ੍ਰੰਥ ਚ ਵੀ ਲਿਖਿਆ ਹੋਏਗਾ ਉਹ ਆਪਣਾ ਨਾਰਦ ਸਮਝ ਲੈਣ ਆਪਾਂ ਆਪਣਾ ਨਾਰਦ ਸਮਝ ਲੈਣੇ ਆ ਕਰੇ ਹੈਗਾ ਕਰੇ ਮਤਲਬ ਹੈ ਪਾਸਟ ਟੈਂਸ ਚ ਹੋ ਚੁੱਕੀ ਹੈ ਇਹ ਗੱਲ ਜਦੋਂ ਵੀ ਜੀਵ ਆਉਂਦਾ ਹੈ ਫਸਾਗਰ ਚ ਔਰ ਖਾਸ ਕਰ ਮਨੁੱਖਾ ਜੂਨ ਚ ਜੇ ਮੰਗਦਾ ਹੈ ਜੇ ਇਹਨੂੰ ਸਬਰ ਨਹੀਂ ਹੈ ਤਾਂ ਇਹ ਕੀ ਕਰ ਰਿਹਾ ਨਾਰਦ ਕਰੇ ਖੁਆਰੀ ਖੁਆਰੀ ਦਾ ਅਰਥ ਕਮਜ਼ੋਰੀ ਹੁੰਦਾ ਬੇਇੱਜ਼ਤੀ ਵੀ ਹੁੰਦਾ ਇਹ ਆਪਣੀ ਬੇਇੱਜ਼ਤੀ ਆਪੇ ਕਰਾ ਲੈਂਦਾ ਇਹ ਇੱਜ਼ਤ ਵੀ ਆਪਣੀ ਆਪੇ ਕਰਵਾ ਸਕਦਾ ਆਪਣੀ ਬੇਇੱਜ਼ਤੀ ਵੀ ਆਪੇ ਕਰਾ ਸਕਦਾ ਆਪਣੇ ਅੰਦਰ ਬਲ ਪੈਦਾ ਕਰ ਸਕਦਾ ਬਲ ਛੁਟਕਿਓ ਬੰਧਨ ਭਰੀ ਇਹਨੂੰ ਪਰੇ ਹੋਏ ਸੀ ਜੇ ਇਹਦੇ ਬੰਧਨ ਨਹੀਂ ਛੁੱਟ ਰਹੇ ਤਾਂ ਇਹ ਕੀ ਕਰ ਰਿਹਾ ਨਾਰਦ ਕਰੇ ਪਹਿਲਾਂ ਇਹੀ ਕਰਦਾ ਆ ਇਹ ਆਪਣੇ ਮੂਲ ਨੂੰ ਕਮਜ਼ੋਰੇ ਕਰ ਰਿਹਾ ਉਹਨੂੰ ਮੁਕਤੀ ਦੇ ਲਈ ਹੈਲਪ ਨਹੀਂ ਕਰਦਾ ਕਿਉਂਕਿ ਜਦੋਂ ਤੱਕ ਮਨ ਨਹੀਂ ਮੂਲ ਦੇ ਨਾਲ ਇੱਕ ਹੁੰਦਾ ਤਾਂ ਕੁੱਤ ਨਹੀਂ ਹੁੰਦਾ ਜਦੋਂ ਮਨ ਮਿਲ ਜਾਂਦਾ ਹੈ ਮੂਲ ਦੇ ਨਾਲ ਉਹਦੇ ਨਾਲ ਦੀ ਵਿਚਾਰ ਧਾਰਾ ਇੱਕ ਹੋ ਜਾਂਦੀ ਹੈ ਫਿਰ ਉਹ ਸਮਾਦ ਹੋ ਜਾਂਦਾ ਹੈ ਕਹਿਣ ਦਾ ਭਾਵ ਇੱਕ ਹੋ ਜਾਂਦਾ ਸਮਾਦ ਹੈ ਸੁੰਨ ਸਮਾਦ ਆਪੇ ਸੁੰਨ ਹੋ ਜਵੇ ਇਹਦੀ ਜੋ ਫੁਰਨੇ ਹੈ ਰੁਕ ਜਾਣ ਤੇ ਅੱਧਾ ਜਿਹੜਾ ਦੂਸਰਾ ਹੈ ਉਹਦੇ ਇੱਕ ਵਰਗਾ ਹੋ ਜਾਂਦਾ ਸਮਾਦ ਹੋ ਜਾਂਦਾ ਹੈ ਫੇਰੇ ਇਸ ਤਰ੍ਹਾਂ ਜੇ ਨਹੀਂ ਕਰਦਾ ਤਾਂ ਇਹ ਆਪਣਾ ਹੀ ਨੁਕਸਾਨ ਕਰ ਰਿਹਾ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਆਪਣੇ ਹੀ ਨਾਰਦ ਦੀ ਖਵਾਰੀ ਕਰੀ ਜਾ ਰਹੀ ਹੈ ਇਹ ਉਹਦਾ ਹਿੱਸਾ ਇਹ ਨੂੰ ਸਮਝ ਨਹੀਂ ਆ ਰਹੀ ਜਿਹੜਾ ਕਰ ਰਿਹਾ ਖਵਾਰੀ ਉਹਨੂੰ ਸਮੱਸਿਆ ਕੀ ਹੈ ਉਹ ਬੈਠਾ ਹੈਗਾ ਅਵਕਟ ਚ ਉਹਦੇ ਅੰਦਰ ਲੱਭ ਬਹੁਤ ਹੈ ਲੱਭ ਹੁੰਦਾ ਵੀ ਜੇ ਮੈਨੂੰ 100 ਰੁਪਏ ਦੀ ਲੋੜ ਹੈ ਮੈਂ 1000 ਮੰਗਾ ਜਰਕੇ ਮੇ ਤੋਂ ਮੇਰਾ 900 ਜਿਹੜਾ ਰੁਪਈਆ ਹੈ ਇਹ 900 ਡਾਲਰ ਜਿਵੇਂ ਮੰਗਾ ਉਹਦਾ ਮੈਨੂੰ ਕੋਈ ਲਾਭ ਤਾਂ ਹੈ ਨਹੀਂ ਕਿਉਂਕਿ ਮੈਂ ਤਾਂ ਲੋੜ ਹੀ ਸੌ ਦੀ ਹੈ ਉਹ ਇਕੱਠਾ ਕਰੀ ਜਾਣਾ ਲਾਲਚ ਬਸ ਉਹ ਕਿਉਂ ਲੱਭ ਹੁੰਦਾ ਉਹ ਹੀ ਇਹਨੂੰ ਅੰਧੇਰੇ 'ਚ ਰੱਖਦਾ ਉਹ ਇਹਨੂੰ ਤ੍ਰਿਕੁਟੀ ਨਹੀਂ ਛੱਡਣ ਦਿੰਦਾ ਇਹਨੂੰ ਆਫਕਟ ਨਹੀਂ ਛੱਡਣ ਦਿੰਦਾ ਉਹ ਤ੍ਰਿਕੁਟੀ ਕਹਿ ਲਓ ਆਫਕਟ ਕਹਿ ਲਓ ਬੰਦੀਖਾਨਾ ਕਹਿ ਲਓ ਇਹ ਸਾਰੇ ਇੱਕੇ ਨਾਲ ਜੁੜਦੇ ਨੇ ਇਹੀ ਸਾਡਾ ਬੰਦੀਖਾਨਾ ਜਿਹੜਾ ਮਨ ਦਾ ਆਫਕਟ ਵਿੱਚ ਪੱਕਾ ਨਿਵਾਸ ਹੋਇਆ ਹੋਇਆ ਹੈ ਕਿਉਂਕਿ ਇਹ ਮੰਗਾ ਕਰਦਾ ਜਦੋਂ ਤਾਂ ਹੀ ਮੰਗਦਾ ਜਦੋਂ ਤਾਂ ਹੀ ਇਹ ਜੁੜ ਨਹੀਂ ਸਕਦਾ ਕਿਉਂਕਿ ਪਹਿਲਾਂ ਮੰਗਾ ਛੱਡੂਗਾ ਤਾਂ ਹੀ ਸੋਚੇਗਾ ਵੀ ਮੇਰਾ ਆਪਣੇ ਮੂਲ ਨਾਲ ਕੀ ਰਿਸ਼ਤਾ ਬਣੇਗਾ ਜੇ ਬੱਚੇ ਵਾਂਗੂ ਸ਼ੁਰੂ ਤੋਂ ਹੀ ਮੰਗਾ ਹੀ ਕਰੀ ਜਾਂਦਾ ਔਰ ਫਿਰ ਤ੍ਰਿਪਤ ਨਹੀਂ ਹੁੰਦਾ ਫਿਰ ਇਹ ਬੰਦੀਖਾਨੇ ਚਈ ਹੈ ਅਵਕਟ ਚਈ ਹੈ ਜਿਹੜਿਆਂ ਨੇ ਇਹ ਕੰਮ ਛੱਡਤਾ ਹੈ ਉਹ ਔਗਣ ਛੱਡ ਗਏ ਕਹਿੰਦਾ ਪਾਪ ਉਹਨਾਂ ਨੇ ਗੁਣ ਧਾਰ ਲੈਨੇ ਪਰ ਜਿਹੜੇ ਅਜੇ ਤੱਕ ਬੰਦੀਖਾਨੇ 'ਚ ਨਹੀਂ ਉਹਦੇ 'ਚ ਆਪਾਂ ਸਾਰੇ ਆਉਂਦੇ ਆ ਆਪਣੇ ਔਗਣ ਪੈਰੀ ਲੋਹਾਰੀ ਲਿਖਿਆ ਹੋਇਆ ਵੀ ਪੈਰਾਂ ਵਿੱਚ ਜਿਵੇਂ ਜਿਹੜਾ ਕੈਦੀ ਹੈ ਉਹਦੇ ਬੇੜੀਆਂ ਪਾਈਆਂ ਹੋਣੀਆਂ ਤਾਂ ਕਿ ਉਹ ਨੱਠ ਨਾ ਜਾਵੇ ਉਹ ਤਾਂ ਚਲੋ ਸਰਕਾਰ ਪਾਉਂਦੀ ਹੈ ਸਰਕਾਰ ਨੂੰ ਤਾਂ ਖਤਰਾ ਹੋਊ ਆਪਾਂ ਆਪਣੇ ਕੈਦੀ ਆਪੇ ਬਣੇ ਹੋਏ ਆ ਆਪਣੀਆਂ ਆਪਾਂ ਆਪੇ ਬੇੜੀਆਂ ਪਾਈਆਂ ਹੋਈਆਂ ਬੇੜੀਆਂ ਸੋ ਉਹ ਲੋਹਾਰੀ ਹੈ ਸਾਡੀ ਏ ਜੀਵ ਦੀ ਹਾਲਤ ਦੱਸੀ ਹੈ ਇਹ ਕਮਜ਼ੋਰ ਹੈ ਜੀਵ ਇਹ ਦਾ ਬੰਧਨ ਨਹੀਂ ਟੁੱਟ ਰਿਹਾ ਫਿਰ ਵੱਲ ਹੋਆ ਬੰਧਨ ਛੁੱਟੇ ਉਹ ਕਿਵੇਂ ਆ ਉਹਦਾ ਵੀ ਆਪਾਂ ਖੁਲਾਸਾ ਕਰ ਲੈਨੇ ਆ ਉਹ ਪੰਚਮ ਪਾਤਸ਼ਾਹ ਨੇ ਵੀ ਉਹੀ ਦੱਸਿਆ ਸਮਝਾਇਆ ਫੂਟੋ ਆਂਡਾ ਭਰਮ ਕਾ ਮਨੇ ਪਰ ਉਪਰਗਾਸਾ ਕਾਟੀ 베ਰੀ ਭਗੇ ਤੇ ਗੁਰਕੀਨੀ ਬੰਦੀ ਖਲਾਸ ਮਨੁਪੇ ਆ ਪ੍ਰਗਾਸ ਹੈ ਮਨਹੇ ਪਿਆ ਪ੍ਰਗਾਸ ਹੁਣ ਇਥੋਂ ਪਤਾ ਲੱਗਦਾ ਵੀ ਜਿਹੜਾ ਆਂਡਾ ਹੈਗਾ ਆਂਡਾ ਕੀ ਹੈ ਆਂਡੇ ਦੇ ਵਿੱਚ ਔਕਟ ਬਣਿਆ ਹੋਇਆ ਹੈ ਇਹਦਾ ਜੀਵ ਵੈਸੇ ਹੀ ਜਦੋਂ ਭਵ ਸਾਗਰ 'ਚ ਆ ਗਿਆ ਤਾਂ ਇਹ ਆਂਡੇ 'ਚ ਬੰਦ ਹੈ ਹੁਣ ਆਂਡਾ ਇਹ ਅੰਦਰੋਂ ਤੋੜੇਗਾ ਤਾਂ ਇਹਨੂੰ ਜੀਵਨ ਮਿਲੇਗਾ ਜੇ ਅੰਦਰੋਂ ਆਂਡਾ ਇਹਦਾ ਨਹੀਂ ਟੁੱਟਦਾ ਉਸ ਤੋਂ ਪਹਿਲਾਂ ਬਾਹਰੋਂ ਕੋ ਤੋੜ ਦਿੰਦਾ ਫੇਰ ਇਹ ਉਸੇ ਹੀ ਅਵਸਥਾ 'ਚ ਵਾਪਸ ਚਲੇ ਜਾਂਦਾ ਅੰਡਾ ਜਿਹੜਾ ਇਹਦਾ ਛਿਲਕਾ ਹੈਗਾ ਘਟ ਹੀ ਨੇ ਆਪਣਾ ਆਪ ਫੋੜਨਾ ਜਦੋਂ ਤੱਕ ਇਹਦਾ ਸਾਹ ਚੱਲਦਾ ਹੈ ਐਂ ਕਹਿੰਦੇ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਸਾਹ ਘਟ ਦਾ ਜਿਹੜਾ ਮਾਲਕ ਹੈਗਾ ਉਹੀ ਸਾਹ ਲੈ ਰਿਹਾ ਜਦੋਂ ਘਟ ਦੇ ਮਾਲਕ ਨੂੰ ਹੁਕਮ ਆ ਗਿਆ ਸਾਹ ਬੰਦ ਹੋ ਜਾਣਾ ਸਰੀਰ ਨੇ ਟਹਿ ਜਾਣਾ ਮਨ ਨੇ ਵਿੱਚ ਸਮਾਜਣਾ ਅੱਗੇ ਹੰਸ ਕੇਲਾ ਹੋ ਜਾਣਾ ਉਹ ਬਾਹਰੋਂ ਫੁੱਟ ਰਿਹਾ ਉਹਦੇ ਵਿੱਚ ਮੌਤ ਹੈ ਜੇ ਅੰਡਰੋਂ ਅੰਡਾ ਫੁੱਟਦਾ ਹੈ ਆਪ ਚੁੰਝ ਨਾਲ ਜਿਵੇਂ ਬੱਚਾ ਉਥੇ ਜੀਵਨ ਹੈ ਉਹ ਇਹ ਗੱਲ ਪੰਚਮ ਬਾਦਸ਼ਾਹ ਦੱਸ ਰਿਹਾ ਕਿ ਉਹਨਾਂ ਦੇ ਨਾਲ ਇਹ ਹੋਈ ਹੈ ਉਹ ਕਹਿੰਦੇ ਮੇਰਾ ਆਂਡਾ ਜਿਹੜਾ ਸੀਗਾ ਭਰਮ ਕਰਕੇ ਸੀ ਹੁਣ ਅਸੀਂ ਪੰਜ ਵਿਕਾਰਾਂ ਦਾ ਬੜਾ ਰੌਣਾ ਪੰਜ ਇਹ ਹੁੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁੰਦੇ ਆ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਸਾਰਿਆਂ ਦਾ ਅੱਗੇ ਜੋ ਮੂਲ ਹੈ ਉਹ ਭਰਮ ਹੈ ਭਰਮ ਤੋਂ ਸ਼ੁਰੂ ਹੁੰਦਾ ਸਭ ਕੁਝ ਜਿਹੜਾ ਅਸੀਂ ਪੰਜ ਨੂੰ ਵਿਕਾਰਾਂ ਚ ਲੈਨੇ ਆ ਭਰਮ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ ਭਰਮ ਸਭ ਤੋਂ ਵੱਡਾ ਵਿਕਾਰ ਹੈ ਭਰਮ ਇਹ ਮੁੱਢ ਹੈ ਉਹਦੀਆਂ ਗਾਹਾਂ ਫਿਰ ਤਣਾ ਬਣ ਗਿਆ ਇੱਕ ਟਣੇ ਤੋਂ ਗਾਹਾਂ ਫਿਰ ਟਾਹਣੀਆਂ ਹੋ ਗਈਆਂ ਬੱਤੇ ਹੋ ਗਏ ਉਹਦਾ ਤਾਂ ਪਤਾ ਨਹੀਂ ਕਿੱਡਾ ਕ ਬੜਾ ਹੋਇਆ ਪਰ ਅਸੀਂ ਉਹ ਪੰਜ ਨੂੰ ਸਮਝਦੇ ਨਹੀਂ ਹੈ ਅਸੀਂ ਉਹਨੂੰ 5ਏ ਕਹੀ ਜਾਂਦੇ ਆ 5 ਲਈ ਪੰਜ ਲਿਖਿਆ ਜਾਂਦਾ ਜਿਹੜਾ ਮੂਲ ਹੈਗਾ ਇਹਨਾਂ ਦਾ ਭਰਮ ਹੈ ਕਬੀਰ ਜੀ ਵੀ ਇਹ ਕਹਿੰਦੇ ਆ ਮੇਰਾ ਭਰਮ ਗਿਆ ਬੋ ਭਾਗਾ ਉਹੀ ਗੱਲ ਇਹੀ ਹੈ ਫੂਟੋ ਆਂਡਾ ਭਰਮ ਕਾ ਇੱਕ ਅਨੋ ਫੂਟ ਦਾ ਮਨੇ ਪਰਗਾਸ ਜਦੋਂ ਅਫਕਟ ਤੋਂ ਸੁਰਤ ਗਿਆਨ ਦੇ ਨਾਲ ਘਟ ਚਾ ਜਾਂਦੀ ਹੈ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ ਜਿੱਥੇ ਆਪਾਂ ਪਿਛੇ ਕੀਤਾ ਸੀ ਹਨੇਰਾ ਸੀ ਉੱਥੇ ਪ੍ਰਕਾਸ਼ ਹੋ ਗਿਆ ਬਿਲਕੁਲ ਇੱਕ ਦੂਰੇ ਐਂਟੀ ਸ਼ਬਦ ਹੈ ਕਾਟੀ 베ਰੀ ਪਗੇ ਤੇ ਹੁਣ ਇਹ ਆ ਜਾ ਬਾਹਰ ਤਾਂ ਕੋ ਪਗ ਹੈ ਹੀ ਨਹੀਂ ਮੈਂ ਭੁਲਾਵਾ ਪਗ ਦਾ ਲਿਖਿਆ ਉੱਥੇ ਵੀ ਪਾਗ ਹੁੰਦਾ ਹੈ ਪੈਰ ਜਿਨਨੇ ਨੂੰ 베ੜੀ ਪਈ ਹੋਈ ਐ ਉੱਥੇ ਵੀ ਸਾਡੇ ਅਰਥ ਪੱਗ ਕਰੀ ਜਾਂਦੇ ਆ ਕਿਉਂਕਿ ਪੱਗ ਨਹੀਂ ਹੈ ਜੇ ਪੱਗ ਹੁੰਦਾ ਤਾਂ ਪਾਗ ਲਿਖਿਆ ਜਾਂਦਾ ਗੁਰਬਾਣੀ ਚ ਆਹੀ ਫਰੀਦ ਜੀ ਵੀ ਦੱਸ ਰਹੇ ਆ ਕਿ ਮੈਂ ਭੁਲਾਵਾ ਮਨ ਜਿਹੜਾ ਭੁੱਲਿਆ ਹੋਇਆ ਉਹਦਾ ਇੱਕ ਪੱਗ ਨੂੰ 베ੜੀ ਪਈ ਹੋਈ ਐ 베ੜੀ ਮਾਇਆ ਨੇ ਪਾਈ ਹੋਈ ਐ ਅਗਿਆਨਤਾ ਨੇ ਪਾਈ ਹੋਈ ਐ ਜਦ ਚੀਜ਼ ਨਾਲ ਜੁੜਿਆ ਹੋਇਆ ਉਹ ਕਿਨੇ ਕੱਟੀ ਗਈ ਕਿਉਂਕਿ ਮਨ ਨੂੰ ਗਿਆਨ ਹੋ ਗਿਆ ਹੋਇਆ ਕਿਵੇਂ ਉਦੇ ਲਈ ਗੁਰ ਚਾਹੀਦਾ ਪਹਿਲਾਂ ਚਾਹੇ ਕੋਈ ਸਮਝਾ ਦੇਵੇ ਜਾਂ ਕੋਈ ਦੱਸ ਦੇਵੇ ਇਹ ਗੁਰ ਪ੍ਰਸਾਦ ਹੈ ਆ ਰਾਮ ਨਾਮ ਹੈ ਇਹ ਬੁੱਧੀ ਨੇ ਪੜਨਾ ਹੁੰਦਾ ਜੇ ਬੁੱਧੀ ਨੇ ਪੜ ਲਿਆ ਮਨ ਦੀ ਜੋ ਬੰਦੀ ਹੈਗੀ ਹੈ ਜੋ ਮਨ ਬੰਦੀ ਚਾਇਆ ਹੋਇਆ ਵਕਟ ਚ ਫਸਿਆ ਹੋਇਆ ਉਹ ਤੋਂ ਖਲਾਸ ਹੋਇਆ ਇਹ ਉਹ ਤੋਂ ਇਹਦਾ ਛੁਟਕਾਰਾ ਹੋਇਆ ਸੋ ਇਹ ਜਿਹੜਾ ਸਾਡਾ ਬੰਦ ਖਲਾਸ ਹੈਗਾ ਅਸੀਂ ਨੂੰ ਐ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਬੰਦੀ ਮਨ ਅਵਗਟ ਜਦੋਂ ਹੈਗਾ ਤਾਂ ਬੰਦੀ ਜੈ ਤ੍ਰਿਕੂਟੀ ਚ ਉਹ ਜਦੋਂ ਗਿਆਨ ਦੇ ਨਾਲ ਗੁਰਬਾਣੀ ਸਮਝਾਉਂਦੀ ਹੈ ਇਹਨੂੰ ਸਮਝ ਆ ਜਾਂਦੀ ਹੈ ਕਿ ਮਾਇਆ ਤਾਂ ਸਭ ਝੂਠ ਹੈ ਇਹ ਜਗ ਧੂਏ ਦਾ ਪਹਾੜ ਹੈ ਜਿਹੜੇ ਸਚਾਈ ਦਾ ਕੁਝ ਨਹੀਂ ਹੈ ਜੋ ਸਚਾਈ ਹੈ ਉਹ ਅੰਦਰ ਹੈ ਤਦ ਬਾਦ ਕੂੜੋ ਕੂੜ ਉਹਦੇ ਨਾਲੇ ਖਲਾਸ ਹੁੰਦਾ ਹੈ ਫਿਰ ਉਹਦੇ ਨਾਲੇ ਨੂੰ ਰਸ ਹੁੰਦਾ ਹੈ ਗੁਣਧਾਰੀ ਜਾਂਦਾ ਸੋ ਇਹ ਖਲਾਸ ਦੀ ਕਵਸਤ ਹੈ ਔਰ ਇਸ ਬਾਰੇ ਅਗਰ ਰਵਿਦਾਸ ਜੀ ਨੇ ਵੀ ਦੱਸਿਆ ਵੀ ਕਹਿ ਰਵਿਦਾਸ ਖਲਾਸ ਚਮਾਰਾ ਉਹ ਕਹਿੰਦੇ ਕਿਰਤ ਮੇਰੀ ਚਮਾਰਦੀ ਹੈ ਇਹ ਗੱਲ ਲਿਖਣੀ ਪਈ ਹੈ ਕਿਉਂਕਿ ਇਹ ਗੱਲਾਂ ਦਾ ਜੇ ਤੁਸੀਂ ਕੁਰਾਨ ਪੜ੍ਹੋਗੇ ਜਿਨੂੰ ਕਬੀਰ ਜੀ ਕਹਿੰਨੇ ਆ ਤੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪੁਰਾਣ ਉਹ ਜਿਹੜਾ ਵੇਦ ਪੁਰਾਣ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਮਨੁਸਿਮਰਤੀ ਚ ਕਿ ਕੋਈ ਵੀ ਜਿਹੜਾ ਛੂਦਰ ਜੀ ਨੂੰ ਮੰਨਦੇ ਆ ਉਹ ਖਲਾਸ ਨਹੀਂ ਹੋ ਸਕਦਾ ਇਸ ਲਈ ਉਹਨਾਂ ਨੇ ਆਪਣੀ ਕਿਰਤ ਵੀ ਦੱਸੀ ਹੈ ਵੀ ਇਹ ਗੱਲ ਜਿਹੜੀ ਹੈ ਇਹ ਪ੍ਰਚਾਰੀ ਹੋਈ ਗਲਤ ਸੀ ਪੰਡਤ ਦੀ ਪੰਡਤ ਦਾ ਕੁਝ ਵੀ ਸਹੀ ਨਹੀਂ ਸੀ ਪ੍ਰਚਾਰਿਆ ਹੋਇਆ ਤੇ ਮੈਂ ਆਜ਼ਾਦ ਹੋ ਗਿਆ ਮੈਂ ਬੰਦੀ ਚੋਂ ਹੁਣ ਅਵ ਘੜ ਚੋਂ ਘਟ ਚ ਆ ਗਿਆ ਇਸ ਤਰ੍ਹਾਂ ਫਿਰ ਪੰਚਮ ਪਾਸ਼ਾ ਦੱਸਦੇ ਆ ਹੱਕ ਹੁਕਮ ਸੱਚ ਖੁਦਾਇਆ ਬੂਝ ਹਾਕਰ ਸੱਚ ਅਸਲ ਵਿੱਚ ਇੱਕ ਸੈਂਸ ਚ ਆਉਂਦੇ ਆ ਹਾ ਹਰ ਸੱਸਾ ਜਿਹੜਾ ਹੈ ਐਕਸਚੇਂਜੇਬਲ ਹੈ ਜਿਹੜਾ ਸੱਚ ਹੁਕਮ ਹੈ ਉਹ ਹੀ ਖੁਦਾਈ ਹੈ ਅਸਲ ਵਿੱਚ ਕਿਉਂਕਿ ਉਹਨਾਂ ਨੂੰ ਵੀ ਕਵਰ ਕਰ ਲਿਆ ਜਿਹੜੇ ਖੁਦਾ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਦੱਸਿਆ ਵੀ ਜਿਹੜਾ ਖੁਦਾ ਦੀ ਗੱਲ ਹੋ ਰਹੀ ਹੈ ਸੱਚ ਖੁਦਾ ਕੋਈ ਕੀ ਹੈ ਉਹ ਹੁਕਮ ਰੂਪ ਹੈ ਉਹਨੂੰ ਬੁੱਝਣਾ ਸੀ ਉਹਨੂੰ ਬੁੱਝਣ ਦੇ ਬੁੱਝਦੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਗੁਰਮੁਖ ਢੂੰਡ ਢੂੰਡੈਂਦੇ ਆ ਹਰੀ ਸੱਜਣ ਲੱਦਾ RAM RAJ ਨਾਲੇ ਹਰੀ ਸੱਜਣ ਨਾਲੇ ਕਹਾਂ RAM RAJ ਵੀ ਹੈ ਉਹ ਉਹ ਰਾਜਿਆਂ ਦੇ ਵਿੱਚ ਬੈਠਾ ਇਹ ਇਸ ਤਰ੍ਹਾਂ ਦੀ ਗੱਲ ਹੈ RAM RAJ ਜਿਹੜਾ ਅਖਰ ਪਲੂਰਲ ਹੈ ਸੋ ਗੱਲ ਅੱਧੀ ਕਹਿ ਕੇ ਉਹ ਪੂਰੀ ਉਭਝੀ ਜਾਂਦੀ ਹੈ ਜਿਹੜਾ ਹੁਕਮ ਹੈ ਫਿਰ ਹੁਕਮ ਤੋਂ ਪਤਾ ਲੱਗ ਜੇਗਾ ਵੀ ਹੁਕਮ ਦਾ ਇੱਕ ਹਾਕਮ ਹੁੰਦਾ ਸੋ ਹਾਕਮ ਜਿਹੜਾ ਉਹ ਗੁਰਮੁਖ ਢੂੰਡ ਢੂੰਡੈਂਦੇ ਆ ਗੁਰਮੁਖਾਂ ਨੇ ਇਹ ਗੱਲ ਦੱਸੀ ਹੈ ਢੂੰਡਣ ਦੀ ਗੱਲ ਹੈ ਇਕੱਲੀ ਪੜ ਕੇ ਗੱਲ ਨਹੀਂ ਸਰਨੀ ਇਹ ਤੋਂ ਬਾਅਦ ਵੀ ਢੂੰਡਣਾ ਤਾਂ ਪਏਗਾ ਤਾਂ ਕਹਿੰਦੇ ਨਾਨਕ ਬੰਦ ਬੰਦੀ ਚੋਂ ਖਲਾਸ ਹੋ ਗਿਆ ਹੈ ਆਜ਼ਾਦ ਹੋ ਗਿਆ ਔਰ ਅਜੇ ਤਰ ਰਿਹਾ ਹੈ ਅਜੇ ਅੱਗੇ ਨਹੀਂ ਗਿਆ ਜਿਹੜਾ ਖਲਾਸ ਹੈ ਉਹ ਤਾਂ ਤਰ ਰਿਹਾ ਹੈ ਪਾਰ ਨਹੀਂ ਹੋਇਆ ਸੋ ਆਪਾਂ ਖਲਾਸ ਸ਼ਬਦ ਨੂੰ ਉਸੇ ਹੀ ਸੈਂ ਸਮਝਾਂਗੇ ਹੋਰ ਵੀ ਆਪਾਂ ਨੂੰ ਇਹ ਤੋਂ ਆਪਾਂ ਨੂੰ ਹੋਰ ਪ੍ਰਮਾਣ ਵੀ ਮਿਲ ਜਾਣਗੇ ਪੈਣਾ ਤਾਂ ਜਪਜੀ ਵਿੱਚ ਆਉਂਦਾ 24ਵੇਂ ਪੌੜੀ 'ਚ ਬੰਦ ਖਲਾਸੀ ਪਾਣਾ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏਗਾ ਆਖਣ ਪਾਏ ਉਹ ਜਾਣੇ ਜੀਤੀਆਂ ਮੂੰਹ ਖਾਈ ਬੰਦੀ ਚੋਂ ਖਲਾਸੀ ਕਿਵੇਂ ਹੁੰਦੀ ਹੈ ਪਾਣੇ 'ਚ ਹੁੰਦੀ ਹੈ ਪਾਣਾ ਹੁੰਦਾ ਸਤਿਗੁਰ ਦਾ ਉਹ ਜੇ ਆਪਾਂ ਨੂੰ ਪਾਣੇ ਦੀ ਸਮਝ ਆ ਜਾਵੇ ਫਿਰ ਤਾਂ ਬੰਦੇ 'ਚ ਕੋਈ ਨਹੀਂ ਹੈ ਉਗੀ ਸਭ ਤੋਂ ਵੱਡੀ ਬੰਦਸ਼ ਹੈ ਹੀ ਪਾਪ ਪੁੰਨ ਦੀ ਲੱਗੀ ਹੋਈ ਹੈ ਆ ਮੈਂ ਕੀ ਕਰਨਾ ਕੀ ਇਹ ਪਾਪ ਹੈ ਕੀ ਇਹ ਪੁੰਨ ਹੈ ਜੇ ਪਤਾ ਲੱਗ ਗਿਆ ਬਾਣੀ ਚ ਹੋ ਰਿਹਾ ਸਭ ਕੁਝ ਫਿਰ ਉਹ ਚੈਪਟਰ ਤਾਂ ਜਮਾ ਬੰਦੇ ਹੋ ਗਿਆ ਹੋਰ ਆਖ ਨਾ ਸਕਿਆ ਕੋਈ ਪਰ ਹੁੰਦਾ ਕੀ ਸੀ ਕਿ ਲੋਕਾਂ ਨੂੰ ਪਰਮਾਇਆ ਜਾਂਦਾ ਸੀ ਖਾਸ ਕਰ ਪਾਪ ਪੁੰਨ ਚ ਵੀ ਅੱਛਾ ਤਾਂ ਆਪ ਪਾਪ ਕੀਤਾ ਇਹਦਾ ਆਪੁੰਨ ਹੈ ਉਹ ਸਾਧੂ ਗੁਰੂ ਦੇ ਬਾਣੀ ਤੋਂ ਤਾਂ ਫਿਰ ਉਹ ਦੂਰੇ ਰਹਿ ਗਿਆ ਤਾ ਕਹਨੇ ਹੋਰ ਆਖ ਨਾ ਸਕੇ ਕੋ ਹੋਰ ਕੋਈ ਤਰੀਕਾ ਮੁਕਤ ਹੋਣ ਦਾ ਹੈ ਹੀ ਨਹੀਂ ਹੈ ਕਰਮ ਕਾਂਡ ਜਿੰਨੇ ਕਰਦੇ ਆ ਆਪਾਂ ਵੀ ਕਰਦੇ ਆ ਉਹ ਮੁਕਤੀ ਦਾ ਕਾਰਨ ਨਹੀਂ ਬਣ ਸਕਦੇ ਸਾਡੀ ਦਾ ਉਹ ਤਾਂ ਸਾਨੂੰ ਬੰਦ ਖਲਾਸੀ ਬੰਦ ਚ ਰੱਖਣਗੇ ਖਲਾਸੀ ਚ ਨਹੀਂ ਲੈ ਕੇ ਜਾ ਸਕਦੇ ਹੋਰ ਕੋਈ ਗੁਰਮਤ ਨੇ ਤਰੀਕਾ ਹੀ ਨਹੀਂ ਮੰਨਿਆ ਬਾਣਾ ਜਿਹੜਾ ਹੈਗਾ ਖਿੜੇ ਮੱਥੇ ਮੰਨ ਲਓ ਵੀ ਬਾਣੇ ਚ ਹੋ ਰਿਹਾ ਸਭ ਕੁਝ ਜੇ ਕੋ ਖਾਏਗਾ ਖਣ ਪਾਏ ਜਿੰਨੀਆਂ ਮਤਾਂ ਸਾਰੀਆਂ ਪਾਪ ਪੁੰਨ ਤੇ ਖੜੀਆਂ ਉਹ ਖਾਏ ਕੇ ਹੀ ਆ ਹ ਸਾਰੇ ਜਿਨ੍ਹਾਂ ਦਾ ਅਜੇ ਪਹਿਲੀ ਸਟੇਜ ਵੀ ਨਹੀਂ ਧਰਮ ਦੀ ਸ਼ੁਰੂ ਕੀਤੀ ਉਹ ਉਹਨਾਂ ਨੇ ਗ੍ਰੰਥ ਲਿਖੇ ਹੋਏ ਆ ਉਹਨਾਂ ਨੂੰ ਲਿਖਿਆ ਹੋਇਆ ਅਸੰਖ ਗ੍ਰੰਥ ਉਹੀ ਕਹਿੰਦੇ ਆ ਇਹ ਗੱਲਾਂ ਉਹ ਜਾਣੇ ਜੀਤਿਆਂ ਮੁਖਾਏ ਇਸ ਗੱਲ ਦਾ ਫੈਸਲਾ ਜੀਵ ਨੇ ਜਦੋਂ ਛੱਡਣਾ ਹੈ ਸਰੀਰ ਉ ਤੋਂ ਬਾਅਦ ਹੋਊਗਾ ਉਹੀ ਜਾਣੇ ਵੀ ਉਹਦੇ ਨਾਲ ਕੀ ਹੋਏਗਾ ਕਿਉਂਕਿ ਗੁਰਮਤ ਨੇ ਇਹ ਗੱਲ ਨੂੰ ਸੱਚ ਨਹੀਂ ਮੰਨਿਆ ਹੋਇਆ ਵੀ ਹੋਰ ਕੋਈ ਤਰੀਕਾ ਹੈ ਖਲਾਸ ਹੋਣ ਦਾ ਸਿਰਫ ਪਾਣੇ ਨੂੰ ਮੰਨਣਾ ਜੇ ਆਪਾਂ ਉਹ ਹੀ ਕਹੀਏ ਵੀ ਉਹ ਬੰਦੀ ਛੋੜਾਂ ਜੀ ਬੰਦੀ ਛੋੜ ਤਾਂ ਤਾਂ ਕਿਉਂਕਿ ਉਹਨਾਂ ਨੇ ਪਾਣਾ ਮੰਨਿਆ ਜਿਹਨੇ ਪਾਣਾ ਮੰਨਿਆ ਉਹ ਆਪ ਹੀ ਬੰਦੀ ਛੋੜ ਹੋ ਗਿਆ ਦੂਸਰੇ ਨੂੰ ਦੱਸਿਆ ਹੀ ਜਾ ਸਕਦਾ ਸਮਝਾਇਆ ਜਾ ਸਕਦਾ ਮਨਾਇਆ ਨਹੀਂ ਜਾ ਸਕਦਾ ਮਨਣਾਉ ਨੇ ਆਤੇ ਹੁੰਦਾ ਜਿੰਨੇ ਜਿੰਨੇ ਮੰਨ ਜਾਣਗੇ 35 ਦੇ 35 ਬੰਦੀ ਛੋੜੇ ਭਗਤ ਸਾਡੇ ਕੋਲ ਅਸਮ ਬਾਸ਼ਾ 36ਵੇਂ ਅਗੇ ਸੋ ਇਹ ਆਪਾਂ ਇਸ ਪੱਖੋਂ ਸਮਝਣਾ ਕਿ ਬੰਦੀ ਛੋੜ ਜੋ ਆਪਾਂ ਨੂੰ ਅਖਰ ਦਿੱਤਾ ਹੈ ਉਹਦਾ ਗੁਰਮਤਿ ਚਰਥ ਹੋਰ ਹੈ ਉਹਦਾ ਮਨਮਤ ਚਰਥ ਹੋਰ ਹੈ ਆਪਾਂ ਸਮਝਣਾ ਹੈ ਗੁਰਮਤਿ ਵਾਲਾ ਅਰਥ ਮਨਮਤ ਵਾਲਾ ਤਾਂ ਸਮਝਾਇਆ ਹੋਇਆ ਹੀ ਹੈ ਕਿਸੇ ਨੇ ਹੋਰ ਵੀ ਇਹ ਪੁਆਇੰਟ ਰੇਸ ਕੀਤਾ ਸੀ ਕਿ ਉਸ ਸਮੇਂ ਕਬਜਾ ਪਿਰਥੀ ਦਾ ਹੁੰਦਾ ਸੀ ਅੰਮ੍ਰਿਤਸਰ ਚ ਉਸ ਸਮੇਂ ਅੰਮ੍ਰਿਤਸਰ ਨਾ ਹੋਣੀ ਸੀ ਉਹ ਜੇ 6ਵੇਂ ਪਾਸ਼ਾ ਆਏ ਵੀ ਸੀ ਕਿਉਂਕਿ 9ਵੇਂ ਪਾਸ਼ਾ ਨੂੰ ਵੀ ਉਹਨਾਂ ਨੇ ਨਹੀਂ ਢਖਲਣ ਦਿੱਤਾ ਉਹਨਾਂ ਦਾ ਉੱਥੇ ਕਬਜਾ ਸੀ ਪੰਚਮ ਪਾਸ਼ਾ ਤਰਨਤਾਲ ਤੋਂ ਗਏ ਐ ਸ਼ਹੀਦੀ ਲਈ ਜੋ ਦੱਸਿਆ ਇਤਿਹਾਸ ਚ ਫੇਰ ਇੱਕ ਕਾਮਨ ਸੈਂਸ ਦੀ ਗੱਲ ਹੈ ਵੀ ਉਹ ਤੁਹਾਨੂੰ ਅੰਮ੍ਰਿਤਸਰ ਦੀਵੇ ਕਿਵੇਂ ਜਗਾਉਣ ਦੇ ਦਿੰਦੇ ਉਹਨਾਂ ਦੀ ਤਾਂ ਉਸ ਨਾਲ ਵੈਸੇ ਹੀ ਨਹੀਂ ਬਣਦੇ ਉਹ ਤਾਂ ਆਪ ਮੁਸਲਮਾਨ ਰਾਜ ਦੇ ਹੱਕ 'ਚ ਸੋ ਇਹ ਗੱਲਾਂ ਜੋ ਅਸੀਂ ਪ੍ਰਚਾਰੀ ਜਾਂਨੇ ਹਿਸਟੋਰਿਕਲੀ ਵੀ ਸਾਡੇ ਫੈਕਟ ਸਹੀ ਨਹੀਂ ਬਣਦੇ ਸੋ ਆਪਾਂ ਗੁਰਮਤਿ 'ਚ ਰਹਿਣਾ ਜੇ ਉਹਨੂੰ ਦੀਵਾਲੀ ਕਹਿੰਦੇ ਸੀ ਤਾਂ ਦੀਵਾਲੀ ਕਹਿਣਾ ਤਾਂ ਰਾਮ ਤਾਂ ਸਾਡਾ ਹੀ ਹੈ ਅਸੀਂ ਉਹ ਰਾਮ ਨੂੰ ਛੱਡਿਆ ਹੋਇਆ ਤਾਂ ਹੀ ਖਵਾਰ ਹੋ ਰਹੇ ਹਾਂ ਆਜ਼ਾਦੀ ਨਹੀਂ ਮਿਲਨੀ ਜਦੋਂ ਹੀ ਰਾਮ ਨਾਲ ਅਸੀਂ ਨਹੀਂ ਜੁੜਦੇ ਰਾਮ ਜੋ ਦਾਦਾ ਮੁਕਤੀ ਕੋ ਲਿਖਿਆ ਦੂਸਰਾ ਪੰਚਮ ਪਾਸ਼ਾ ਦਾ ਫੇਰ ਸ਼ਬਦ ਹੈ ਇਹ ਕੁਝ ਪੰਕਤੀਆਂ ਜਾ ਕੋ ਪਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਹੁਣ ਇਹਦੇ ਚ ਵੀ ਕੁਝ ਗੱਲਾਂ ਸਮਝਣ ਵਾਲੀਆਂ ਬੀ ਜੇ ਜੀਵ ਇਸ ਗੱਲ ਦੀ ਤਾਂਗ ਰੱਖਦਾ ਹੈ ਤਾਂ ਪਰਮੇਸ਼ਰ ਕਿਰਪਾ ਕਰਦਾ ਉਹਨੂੰ ਉਸ ਹੀ ਸੰਗਤ ਚ ਲੈ ਜਾਂਦਾ ਪਰ ਜੀਵ ਤਾਂਗੇ ਨਹੀਂ ਕਰਦਾ ਗੁਰਦੁਆਰੇ ਜਾ ਕੇ ਵੀ ਕੁਝ ਹੋਰੇ ਸੋਚਦਾ ਹੈ ਉੱਥੇ ਪੜਨ ਗਿਆ ਸੀ ਲੇਨ ਦਾ ਗੁਰਮਤ ਦਾ ਗਿਆਨ ਗਿਆ ਸੀ ਉੱਥੇ ਕੁਝ ਹੋਰੇ ਲੈ ਕੇ ਮੁੜਿਆ ਹੁੰਦਾ ਪਰ ਜਿਨ੍ਹਾਂ ਨੇ ਮੰਗੀ ਸੀ ਇਹ ਗੱਲ ਉਹ ਕਹਿੰਦੇ ਫਿਰ ਕਿਰਪਾ ਨੇ ਜੋ ਹੈ ਪਰਮੇਸ਼ਰ ਉਹਨਾਂ ਤੇ ਕਿਰਪਾ ਕਰਦੇ ਆ ਤੇ ਇਸ ਭਈ ਖਲਾਸੀ ਉਹਨਾਂ ਦੀ ਪਹਿਲਾ ਹੀ ਜੋ ਸਟੇਜ ਹੈ ਗੁਰਮਤ ਦੀ ਵੀ ਅਵ ਘੜ ਚੋਂ ਘਟ ਚ ਆਉਂਦੀ ਹੈ ਸੁਰਤ ਉਸ ਤੋਂ ਬਾਅਦ ਕੀ ਹੁੰਦਾ ਫਿਰ ਘਾਟ ਤੇ ਚਲੀ ਜਾਂਦੀ ਹੈ ਹੋਈ ਸਗਲ ਸਿਧ ਹੁਣ ਜਿਹੜਾ ਸਿੱਧ ਸ਼ਬਦ ਹੈ ਇਹ ਸਿੰਗੂਲਰ ਹੈ ਇਹਨੂੰ ਪਲੂਰਲ ਬਣਾਉਣ ਲਈ ਇਹਦੇ ਨਾਲ ਸਗਲ ਐਜ਼ ਐਨ ਐਡਜੈਕਟਿਵ ਲਾਇਆ ਜਾਂਦਾ ਜਿਹਨੂੰ ਆਪਾਂ ਸਾਰੀ ਸਭ ਵੀ ਕਹਿ ਸਕਦੇ ਆ ਸਾਰੀਆਂ ਸਿੱਧੀਆਂ ਆ ਗਈਆਂ ਪਰ ਇੱਕ ਸਿੱਧਾ ਹੀ ਹੈ ਸਗਲ ਸਿੱਧ ਨਾਲ ਸਭ ਸਿੱਧੀਆਂ ਬਣਦੀਆਂ ਸਿੱਧੀ ਦਾ ਅਰਥ ਹੁੰਦਾ ਸੋਜੀ ਸੋ ਆਪਣੇ ਕੋਲ ਅਜੇ 10 ਮਿੰਟ ਹੈ ਤੇ ਇਹ ਹੋਈ ਕਿਵੇਂ ਆ ਗੁਰ ਦੁਬਦਾ ਜਾ ਕੀ ਹੈ ਮਾਰੀ ਇਹਦੇ ਲਈ ਕੰਡੀਸ਼ਨ ਹੈ ਵੀ ਪਹਿਲਾਂ 베ਦ ਪੜਨਾ ਪੈਂਦਾ 베ਦ ਪੜ ਕੇ ਉਹਨੂੰ ਸਮਝਣਾ ਪੈਂਦਾ ਸਮਝ ਕੇ ਉਹਨੂੰ ਮੰਨਣਾ ਪੈਂਦਾ ਉਸ ਤੋਂ ਪਹਿਲਾਂ ਨਾ ਖਲਾਸੀ ਹੁੰਦੀ ਹੈ ਤੇ ਨਾ ਸਗਲ ਸਿੱਧ ਮਿਲਣੀ ਹੈ ਖਲਾਸੀ ਤੱਕ ਦੋ ਪਦਾਰਥ ਹੈ ਸਗਲ ਸਿੱਧ ਜਿਹੜੀ ਹੈ ਇਹਦੇ ਤੱਕ ਚਾਰ ਆ ਜਾਣਗੇ ਪਰ ਇਹਦੇ ਲਈ ਕੁਰਬਾਨੀ ਚਾਹੀਦੀ ਹੈ 베ਦ ਚਾਹੀਦਾ ਕਿਉਂਕਿ ਦੁਬਦਾ ਹੈਗੀ ਮਨ ਨੂੰ 부द्धि ਨੇ ਉਹਦੀ ਮਦਦ ਕਰਨੀ ਹੈ ਦੂ ਵੀ ਤਾਂ ਮਾਰੀ ਜਵੇ ਫਿਰ ਔਫਕੜ ਛੱਡ ਕੇ ਘਟਚ ਆ ਜਾਂਦਾ ਉਹ ਫਿਰ ਬ੍ਰਹਮ ਵਿਚਾਰੀ ਰਹਿੰਦਾ ਹੁਣ ਬ੍ਰਹਮ ਦੀ ਵਿਚਾਰ ਕਰਨੀ ਕੀ ਨਹੀਂ ਬ੍ਰਹਮ ਦੀ ਵਿਚਾਰ ਦਾ ਕੰਮ ਤਾਂ ਬੁੱਧੀ ਦਾ ਬੁੱਧੀ ਆਪਣੇ ਮਨ ਨੂੰ ਹਿੱਲਣ ਨਹੀਂ ਦਿੰਦੀ ਫਿਰ ਕਿਉਂਕਿ ਉਹ ਦੱਸਦੀ ਹੈ ਵੀ ਸਭ ਤੋਂ ਵੱਡਾ ਜਿਹੜਾ ਸਤਿਗੁਰੇ ਹੁੰਦਾ ਸਭ ਤੋਂ ਵੱਡਾ ਸਤਿਗੁਰ ਆਪਾਂ ਉਹ ਸਭ ਤੋਂ ਵੱਡੇ ਨਾਲ ਜੁੜੀਏ ਮਾਇਆ ਤਾਂ ਸਭ ਤੋਂ ਛੋਟੀ ਚੀਜ਼ ਹੈ ਇਹਦੇ ਨਾਲ ਜੁੜਨ ਦਾ ਕੀ ਫਾਇਦਾ ਇਹੀ ਬ੍ਰਹਮ ਵਿਚਾਰ ब्रह्म चेतन ब्रह्म ਦਾ ਸਦਾ ਸਦਾ ਹੈ ब्रह्म ਦੇ ਨਾਲ ਦੀ ਕੋ ਹਸਤੀ ਹੋਈ ਨਹੀਂ ਹੈ ਮਾਇਆ ਨੂੰ ਤਾਂ ਝੂਠੀ ਦੱਸਿਆ ਫਿਰ ਸੋ ਇਹ ਸਾਰੀ ਬ੍ਰह्म ਦੀ ਵਿਚਾਰ ਹੀ ਹੈ ਸੋ ਬ੍ਰह्म ਵਿਚਾਰ ਤੁ ਗੁਰ ਤੋਂ ਬ੍ਰह्म ਵਿਚਾਰ ਸ਼ੁਰੂ ਹੋਊਗੀ ਉੱਚ ਖਲਾਸੀ ਹੋਊਗੀ ਫਿਰ सगल ਸਿੱਧ ਮਿਲੂ ਸਿੱਧ ਜੋ ਹੈ ਉਹ ਸਿੰਗੂਲਰ ਹੈ सगल ਸਿੱਧ ਜਿੰਨੀ ਵੀ ਸੋਜੀ ਚਾਹੀਦੀ ਹੈ ਸਿੱਧ ਅਰਥ ਹੰ ਦਾ ਸੋਜੀ ਉਹ ਸੋਜੀ ਪ੍ਰਾਪਤ ਹੋ ਜਾਂਦੀ ਹੈ ਇਹ ਇਹੀ ਜੀਵ ਦੇ ਗਿਆਨ ਦੀ ਕਮੀ ਹੈ ਇਹ ਚਾਰ ਪਦਾਰਥਾ ਨਾ ਧਨੀ ਹੋ ਜਾਂਦਾ ਫਿਰ ਪਿਛਲੀ ਵਾਰ ਆਪਾਂ ਆ ਜੋ ਪੰਕਤੀਆਂ ਕੀਤੀਆਂ ਸੀ ਇਹਦੇ ਵਿੱਚ ਕੀ ਗਲਤੀ ਹੋ ਗਈ ਸੀ ਇਹਨੂੰ ਪੜਨਾ ਆਪਾਂ ਆਈਆਂ ਆਪਾਂ ਪਿਛਲੀ ਵਾਰੀ ਤੋਂ ਗਲਤ ਹੋ ਗਈ ਸੀ ਪੜਨਾ ਥੋੜਾ ਜਿਹਾ ਠੀਕ ਨਹੀਂ ਸੀ ਆਪਾਂ ਉਹਨੂੰ ਸਹੀ ਕਰ ਲੈਨੇ ਆਂ ਤੇ ਇੱਕੇ ਗਲਤੀ ਸੀ ਜਗ ਬੰਦੀ ਇਹ ਅਵਕਟ ਹੈ ਮੁਕਤੇ ਹੋ ਮਾਰੀ ਉਹ ਮੁਕਤੇ ਹੋਏ ਨੇ ਮੁਕਤੇ ਹੋ ਗਏ ਮਤਲਬ ਹੋ ਚੁੱਕੇ ਨੇ ਜਿਨ੍ਹਾਂ ਨੇ ਹਉ ਮਾਰ ਲਈ ਹੈ ਉਹ ਘਟ ਚ ਆਏ ਸੀ ਜਗ ਗਿਆਨੀ ਵਿਰਲਾ ਇਹੋ ਐਵੇਂ ਪੜਾਂਗੇ ਅਗਲੇ ਨੂੰ ਵੀ ਐਵੇਂ ਪੜਾਂਗੇ ਜਗ ਵਿੱਚ ਗਿਆਨੀ ਤੱਕ ਉਹ ਵਿਰਲਾ ਹੈ ਇਹ ਆਪਾਂ ਅੱਗੇ ਨੂੰ ਵਰਤਨਾ ਸ਼ਬਦ ਨੂੰ ਖਿਆਲ ਰੱਖਿਓ ਵਿਰਲੇ ਗਿਆਨੀ ਦੀ ਗੱਲ ਕਰਾਂਗੇ ਆਚਾਰੀ ਬਹੁਤ ਹੈ ਆਚਾਰੀ ਹੈਗੀ ਮਰਿਆਦਾ ਮਰਿਆਦਾ ਤਾਂ ਸਾਰੇ ਮੰਨਦੇ ਆ ਆਪਣੇ ਵੀ ਮਰਿਆਦਾ ਦਾ ਬਥੇਰਾ ਪ੍ਰਚਾਰ ਹੁੰਦਾ ਉਹ ਸਵੇਰੇ ਆ ਪਾਠ ਕਰਨਾ ਉਹਦੇ ਪਿੱਛੇ ਵੀ ਫਿਰ ਝਗੜਾ ਵੀ ਮੇਰੇ ਸਾਰੇ ਦਿਨ ਦੇ ਪੰਜ ਚਾਹੀਦੇ ਆ ਕਿ ਸਵੇਰੇ ਪੰਜ ਚਾਹੀਦੇ ਆ ਸੋ ਉਹ ਮਰਿਆਦਾ ਹੈ ਵੀ ਹਾਂ ਜੀ ਰਖਣ ਪਾੜ ਰੱਖਣਾ ਜੀ ਉਹ ਨਾਰੀਅਲ ਚਾਹੀਦਾ ਕੋਈ ਕਹਿੰਦਾ ਜੋ ਚਾਹੀਦੀ ਐ ਕੋਈ ਕਹਿੰਦਾ ਨਹੀਂ ਚਾਹੀਦਾ ਇਹ ਮਰਿਆਦਾ ਚ ਆ ਜਾਂਦਾ ਰਹਿਤ ਨਹੀਂ ਹੈ ਰਹਿਤ ਹੁੰਦੀ ਆਤਮ ਕੀ ਕਿ ਕਿਸ ਤਰ੍ਹਾਂ ਵਿਚਾਰ ਕਰਕੇ ਮੁਕਤ ਹੋਣਾ ਹੁਣ ਇੱਥੇ ਵੀ ਇਹੀ ਪੜਾਂਗੇ ਜਗਪੰਡਿਤ ਵਿਰਲਾ ਜਿਹਨੂੰ ਗੁਰਮਤਿ ਨੇ ਪੰਡਿਤ ਮੰਨਿਆ ਉਹ ਕਹਿੰਦੇ ਵਿਰਲਾ ਹੀ ਹੈ ਜਿਹਨੂੰ ਗਿਆਨੀ ਗੁਰਮਤਿ ਨੇ ਮੰਨੇ ਉਹ ਵੀ ਮਿਰਲਾ ਹੈ ਵਿਚਾਰੀ ਬਥੇਰੀ ਉਹਦਾ ਪੱਕਾ ਖਲਾਸਾ ਕਰ ਲਾਂਗੇ ਅਗਲੀ ਪੰਕਤੀ 'ਚ ਬਿਨ ਸਤਗੁਰ ਭੇਟੇ ਜਦੋਂ ਹੀ ਸਤਗੁਰ ਨਾਲ ਭੇਟ ਨਹੀਂ ਹੁੰਦੀ ਸਤਗੁਰ ਨਾਲ ਭੇਟ ਹੋਣੀ ਉਹ ਘਟ ਚਾਕੇ ਸਭ ਫਿਰੇ ਹੰਕਾਰੀ ਉਹ ਅਵਕਟੇ ਰਹਿ ਜਾਂਦੇ ਆ ਅਵਕਟ ਵਾਲਿਆਂ ਨੂੰ ਦੁਬਾਰਾ ਜਨਮ ਹੈ ਜਿਹੜੇ ਘਟ ਤੋਂ ਆ ਕੇ ਘਾਟ ਤੇ ਚਲੇ ਜਾਂਦੇ ਆ ਉਹ ਖਾਲਸੇ ਆ ਸੋ ਖਲਾਸ ਤੋਂ ਅਗਲਾ ਸ਼ਬਦ ਖਾਲਸੇ ਹੈ ਇਹਦੇ ਬਾਰੇ ਗੁਰੂ ਨਾਨਕ ਜੀ ਨੇ ਦੱਸਿਆ ਆਚਾਰ ਹੀ ਨਹੀਂ ਜਿੱਤਿਆ ਜਾਏ ਉਹਨਾਂ ਤੋਂ ਪਹਿਲਾਂ ਧਰਮ ਚ ਆਚਾਰ ਚੱਲਦਾ ਹੀ ਸੀ ਉਹਨਾਂ ਨੇ ਆਪਣੇ ਮਾਤ ਪਿਤਾ ਵੀ ਕਰਦੇ ਹੀ ਸੀ ਜਿਹੜੇ ਸੰਸਾਰੀ ਸੀ ਆਚਾਰ ਹੀ ਨਹੀਂ ਜਿੱਤਿਆ ਜਾਏ ਕਹਿੰਦੇ ਅੱਜ ਤਾਈਂ ਆਚਾਰੀ ਨੇ ਕਿਸੇ ਨੇ ਮਨ ਨਹੀਂ ਜਿੱਤਿਆ ਫਿਰ ਵੀ ਅਸੀਂ ਆਚਾਰ ਚ ਪਏ ਹੋਈਆਂ ਅਜੇ ਤੱਕ ਪਾਠ ਪੜੇ ਨਹੀਂ ਕੀਮਤ ਪਾਏ ਪਾਠ ਵੀ ਪੜਦੇ ਆ ਉਹੀ ਬਾਣੀ ਉਹੀ ਜਪ ਗੁਰੂ ਨਾਨਕ ਜੀ ਦਾ ਲਿਖਿਆ ਗੁਰੰਗਤ ਜੀ ਕੋ ਲਾਇਆ ਹੋਊਗਾ ਉਹੀ ਗਾਂ ਗੁਰਮਰਦਾਸ ਜੀ ਕੋਲ ਗਿਆ ਹੋ ਉਹਨਾਂ ਨੇ ਤਾਂ ਕੀਮਤ ਪਾ ਲਈ ਆਪਣੇ ਮੂਲ ਦੀ ਸਤੋਂ ਕੀਮਤ ਨਹੀਂ ਪਈ ਅਸੀਂ ਬਾਠ ਬੜੀ ਜਾਨਨੇ ਸੋ ਬਾਠ ਪੜਨਾ ਕੋਈ ਵੱਡੀ ਗੱਲ ਨਹੀਂ ਮੰਨਿਆ ਗੁਰਬਾਣੀ ਚ ਅਸ਼ਟ ਦਸੀ ਚੌਪੇਦ ਨਾ ਪਾਇਆ ਹੁਣ ਇਹ ਬੜੀ ਸਮਝਣ ਦੀ ਗੱਲ ਹੈ ਵੀ ਜਦੋਂ ਉਹ ਦੂਸਰੀ ਮਤਦ ਨੂੰ ਕਹਿਣਗੇ ਤਾਂ ਉੱਥੇ ਕੁਛ ਨਾ ਕੁਛ ਅੱਗੇ ਪਿੱਛੇ ਲਿਖਿਆ ਹੁੰਦਾ ਜਿੱਦੋਂ ਪਤਾ ਲੱਗ ਜਾਂਦਾ ਵੀ 18 ਪੁਰਾਣ ਜਿਹੜੇ ਉਹਨਾਂ ਦੇ ਮੰਨੇ ਹੋਏ ਆ ਅਸੀਂ ਤਾਂ ਉਹਨਾਂ ਚ ਕੋਈ ਵੀ ਨਹੀਂ ਮੰਨੇ ਆ ਚਾਹੋ ਉਹਨਾਂ ਦੇ ਵੇਦ ਮੰਨੇ ਹੋਏ ਆ ਸਾਡੇ ਵੇਦ ਨਹੀਂ ਆ ਉਹ ਇਹ ਚਾਰ ਇਹ ਖਤਰਨਾਕ ਚੀਜ਼ਾਂ ਕਿਸੇ ਹੋਰ ਦੇ ਲਿਖੇ ਹੋਏ ਆ ਇਹਦਾ ਵੀ ਖੁਲਾਸਾ ਕਰਾਂਗੇ ਭੇਦ ਨਾ ਪਾਇਆ ਜਿਹੜਿਆਂ ਨੇ ਉਹ ਪੜ੍ਹੇ ਆ ਚਾਹੇ 18 ਪੁਰਾਣ ਪੜ੍ਹ ਲੇ ਚਾਹੇ ਚਾਹੋ ਉਹਨਾਂ ਨੇ ਵੇਦ ਪੜ੍ਹ ਲੇ ਜਿਨ੍ਹਾਂ ਨੂੰ ਉਹ ਵੇਦ ਮੰਨਦੇ ਆ ਜਿਹੜੇ ਕਿ ਲਿਖੇ ਹੀ 7ਵੀਂ ਸੈਂਚਰੀ ਤੋਂ ਬਾਅਦ ਆ ਉਹਨਾਂ ਦਾ ਪਹਿਲਾ ਟੀਕਾ 1240 ਏਡੀ ਚ ਹੋਇਆ ਹੋਰ ਉਸ ਤੋਂ ਪਹਿਲਾਂ ਕੋਈ ਵੇਦ ਦੀ ਗੱਲ ਨਹੀਂ ਆਉਂਦੀ ਕੋਈ ਟੀਕਾ ਨਹੀਂ ਹੋਇਆ ਕਿਉਂਕਿ ਜਦੋਂ ਲਿਖੇ ਉਸ ਤੋਂ ਬਾਅਦ ਜਦੋਂ ਟੀਕਾ ਲਿਖਣਾ ਸ਼ੁਰੂ ਕਰਤਾ ਉਹ ਵੇਦ ਨਹੀਂ ਅਸੀਂ ਮੰਨੇ ਹੋਏ ਉਹ ਵੇਦਾਂ ਦੀ ਆ ਗੱਲ ਹੈ ਉਹਨਾਂ ਚੋਂ ਕਿਸੇ ਨੇ ਭੇਦ ਨਹੀਂ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਲਿਖਿਆ ਵੇਦ ਸਤਿਗੁਰ ਨੇ ਵੀ ਹੈ ਪਰ ਉਹ ਗੁਰਮੁਖ ਵੇਦੰਗਾ ਨਾਨਕ ਗੁਰਮੁਖ ਸਤਿਗੁਰੂ ਬ੍ਰਹਮ ਦਿਖਾਇਆ ਸਤਿਗੁਰ ਨੇ ਪਹਿਲਾਂ ਆ ਬ੍ਰਹਮ ਦੇਖਿਆ ਖਲਾਸ ਹੋਈ ਨਹੀਂ ਫੇਰ ਉਹਨੇ ਦੂਸਰੇ ਨੂੰ ਖਲਾਸ ਹੋਣ ਦੀ ਸਲਾਹ ਦਿੱਤੀ ਹੈ। ਬ੍ਰਹਮ ਦਿਖਾਇਆ ਉਹਨਾਂ ਨੂੰ ਸਮਝਾਇਆ ਬ੍ਰਹਮ ਬਾਰੇ ਵੀ ਬ੍ਰਹਮ ਇਹ ਜਾਂ ਹੁੰਦਾ ਨਾਮ ਇਹ ਹੁੰਦਾ ਬ੍ਰਹਮ ਦਾ। ਬ੍ਰਹਮ ਦੇ ਗੁਣ ਜਿੰਨੇ ਮਰਜ਼ੀ ਕਹਿ ਲੀਏ ਫੇਰ ਵੀ ਜੈਸਾ ਤੂੰ ਤੈਸਾ ਤੂੰ ਹੀ। ਕਿਹੜਾ ਉਪਮਾ ਦੀ ਜੈ ਉਪਮਾ ਐਗਜ਼ੈਕਟਲੀ ਨਹੀਂ ਦਿੱਤੀ ਜਾ ਸਕਦੀ ਪਰ ਉਹਦੇ ਨੇੜੇ-ਨੇੜੇ ਦੀ ਜਿਹੜੇ ਆਪਾਂ ਨੂੰ ਨਾਮ ਦਿੱਤਾ ਜਾਂਦਾ ਨਾਮ ਦੇ ਵਿੱਚੋਂ ਕੁਛ ਨਾ ਕੁਛ ਝਲਕ ਪੈਂਦੀ ਹੈ। ਅੱਗੇ ਇੱਕ ਕਨਸੈਪਟ ਹੋ ਰਿਹਾ ਹੈ। ਏ ਤੀਸਰੇ ਪਾਤਸ਼ਾਹ ਨੇ ਸਮਝਾਇਆ ਸਾਨੂੰ ਚਾਰੇ ਵੇਦ ਬ੍ਰਹਮੇ ਕੋ ਦिए ਇਹ ਅਸੀਂ ਨਹੀਂ ਮੰਨੇ ਹੋਏ ਵੇਦ ਸਾਡਾ ਵੇਦ ਗੁਰਮੁਖ ਕੋਲ ਆਉਂਦਾ ਹੈ ਬ੍ਰਹਮੇ ਕੋਲ ਨਹੀਂ ਆਉਂਦਾ ਗੁਰੂ ਨਾਨਕ ਜੀ ਨੇ ਕਲੀਅਰ ਕੀਤਾ ਹੋਇਆ ਗੁਰਮੁਖਾ ਨਾਦੰਗ ਗੁਰਮੁਖ ਨੂੰ ਨਾ ਸੁਣਦਾ ਗੁਰਮੁਖ ਨੂੰ ਇਹ ਵੇਦ ਸੁਣਦਾ ਬ੍ਰਹਮੇ ਕੋ ਦिए ਕਿਹਨੇ ਦिए ਸਤਗੁਰ ਨੇ ਦिए ਪੜ ਪੜ ਕਰੇ ਵਿਚਾਰੀ ਉਹ ਪੜੀ ਜਾਂਦਾ ਜਿੰਨੀ ਕੋ ਨੂੰ ਬੁੱਝਦਾ ਉਹਨਾਂ ਕੋ ਵਿਚਾਰੀ ਜਾਂਦਾ ਹੈ ਉਹ ਗੁਰਬਾਣੀ ਜੋ ਗੁਰਬਾਣੀ ਦੇ ਅਰਥ ਨਹੀਂ ਖੋਜਦਾ বেদ ਚੋਂ বেদ ਦੇ ਅਰਥ ਨਹੀਂ ਲੱਭਦਾ ਵਿਚਾਰ ਜ਼ਰੂਰ ਕਰੀ ਜਾਂਦਾ ਆਪਣੇ ਵੀ ਟੀਕੇ ਭਰੇ ਪਏ ਆ ਵਿਚਾਰਾਂ ਨਾਲ ਹੁਣ ਵੀ ਲਿਖੀ ਜਾਂਦੇ ਆ ਸ਼ਬਦ ਕੋਸ਼ ਵੀ ਲਿਖੀ ਜਾਂਦੇ ਪਰ ਉਹੀ ਪ੍ਰਮਾਤਮਾ ਉਹੀ ਗੁਰ ਦੇ ਅਰਥ ਗੁਰੂ ਹੁੰਦੇ ਆ ਉੱਥੋਂ ਨਹੀਂ ਅਸੀਂ ਟਸ ਤੋਂ ਮਸ ਹੁੰਦੇ ਜਿਹੜਾ ਮੈਨੂੰ ਗੁਰਬਾਣੀ ਅਸੀਂ ਪੜ੍ਹੀ ਹੋਈ ਨਹੀਂ ਅਜੇ ਤੱਕ ਜੇ ਪੜ੍ਹੀ ਹੈ ਤਾਂ ਸਮਝ ਤੇ ਸਾਡੀ ਜ਼ੀਰੋ ਹੀ ਸਮਝ ਤਾਂ ਕਹੋ ਕੋ ਨਾ ਬੁੱਝੇ ਬਪੜਾ ਉਹ ਕਹਿੰਦੇ ਬੇਰਪਣ ਵਾਲਾ ਤਾਂ ਪਰਮੇਸ਼ਰ ਤੱਕ ਚਾਰ ਪਦਾਰਥਾਂ ਤੱਕ ਪਹੁੰਚ ਜਾਂਦਾ ਉਹਨਾਂ ਨੂੰ ਕੋਈ ਲੱਭਿਆ ਹੀ ਨਹੀਂ ਤੇ ਤੀਸਰੀ ਪਾਸਾ ਦੀ ਤਾਂ ਬਹੁਤ ਇੱਕ ਹਾਲ ਕਮਾਈ ਰਹੀ ਹੈ ਉਹ ਲੱਭਦੇ ਸੀ ਪਰ ਉਹਨਾਂ ਨੂੰ ਸਤਿਗੁਰੇ ਨਹੀਂ ਕੋਈ ਮਿਲੇਆ ਸਤਿਗੁਰੂ ਉਹਨਾਂ ਨੂੰ ਅੰਗਜ ਜੀ ਮਿਲੇ ਸਿਰੇ ਆ ਕੇ ਉਹ ਕਹਿੰਦੇ ਵੀ ਨਾ ਹੁਕਮ ਬੁੱਝਿਆ ਪੇਦ ਵੀ ਫੜੀ ਜਾਂਦੇ ਆ ਇਹ ਕਰਦੇ ਕੀ ਆ ਸਾਨੂੰ ਤਾਂ ਸਮਝ ਨਹੀਂ ਆਉਂਦੇ ਨਰਕ ਸੁਰਗ ਅਵਤਾਰੀ ਵੀ ਨਾਲੇ ਵੇਚਦੇ ਨੇ ਦੇ ਹੱਥ 'ਚ ਨਾਲੇ ਨਰਕ ਸੁਰਗ ਦਾ ਅਵਤਾਰ ਇਹ ਦੋਹੇ ਗੱਲਾਂ ਕੌਂਟਰਡਿਕਟਰੀ ਆ ਇਹ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ ਗੁਰਮਤ ਦਾ ਕੀ ਹੈਗਾ ਸੱਚ ਸੌਦਾ ਲੈ ਗੁਰਮਤ ਨੇ ਕੀ ਕੀਤਾ ਹੈਗਾ ਸੱਚ ਦਾ ਸੌਦਾ ਲੈ ਲਿਆ ਭਗਤਾਂ ਨੇ ਉਹਨਾਂ ਨੇ ਮਨ ਦੇ ਰਾਮ ਲਿਆ ਹੈ ਮੋਲ ਮਨ ਦੇ ਕੇ ਤਾਂ ਮਿਲਦੀ ਹੈ ਗੁਰਮਤ ਗੁਰ ਵਿਚਾਰੀ ਇਹੀ ਤਾਂ ਗੁਰਬਾਣੀ ਦੀ ਵਿਚਾਰ ਦੱਸਦੀ ਹੈ ਅਰਬਦਾਸ ਜੀ ਵੀ ਕਹਿੰਦੇ ਆ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟ ਮੇਰੀ ਪ੍ਰੀਤ ਗੋਬਿੰਦ ਸਿੰਘ ਜੀ ਨਾਟ ਹੈ ਮੈਂ ਪੜਨਾ ਉਹਨੂੰ ਮੇਰੀ ਘਟੇ ਨਾ ਕਿਤੇ ਪ੍ਰੀਤ ਕਿਉਂ ਕਹਿੰਦੇ ਕੀਮਤ ਬਹੁਤ ਦਿੱਤੀ ਹੋਈ ਹੈ ਮੈਂ ਤਾਂ ਮੋਲ ਮਹਿੰਗੀ ਲਈ ਕਹਿੰਦੇ ਵੀ ਕਿੰਨੀ ਕੁ ਮਹਿੰਗੀ ਲਈ ਜੀ ਸਟ ਮਨ ਦੇ ਕੇ ਮੋਲ ਲਈ ਹੈ ਇਹ ਅਸਲੀ ਗੱਲ ਹੈ ਇੱਥੋਂ ਫਿਰ ਬੇਦ ਪੈਦਾ ਹੁੰਦਾ ਹੈ ਐਵੇਂ ਕੋਈ ਵੀ ਆਪਣੇ ਮਨ ਤੋਂ ਜਿਹੜੀ ਰਚਨਾ ਲਿਖ ਲੈਣੀ ਤੇ ਇੱਥੋਂ ਆਪਾਂ ਹੁਣ ਅਗਲੀ ਉਦੇਸ਼ ਸ਼ੁਰੂ ਕਰਾਂਗੇ ਤਾਕੀ ਆਪਾਂ ਨੂੰ ਇਹ ਕੰਟੈਕਸਟ ਜਿਹੜਾ ਹੈਗਾ ਉਹ ਇੱਕ ਉਹਦੇ ਚ ਸਮਾਪਤ ਹੋ ਜਵੇ ਬਾਹੋਂ ਨੇ ਫੇਰ ਜੁਆਇਨ ਕਰ ਲੈਣੇ